ਅਸਲਾਮ ਅਲੈਕੁਮ ਜੀ। ਸੁਣਿਓ, ਇਸ ਬੰਦੇ ਯੂਟਿਊਬਰ ਨੇ ਨਾ, ਹੈਂ, ਸਾਇਰ ਰਹਿੰਦ ਨੇ, ਮੇਰੇ ਤੇ ਵੀਡੀਓ ਪਾਈ ਹੈ ਤੇ ਬੜਾ ਇਹਨੇ ਮੇਰੇ ਤੇ ਗਾਲਮ ਗਲੋਚ ਵੀ ਸਮਝੋ ਕੀਤਾ ਇਹਨੇ, ਤੇ ਮੇਰੇ ਸਵਾਲਾਂ ਦੇ ਜਵਾਬ ਇਹਨੇ ਕਿਸ ਤਰ੍ਹਾਂ ਦਿੱਤੇ ਨੇ ਉਹ ਤੁਸੀਂ ਵੇਖਿਆ ਹੋਣਾ ਕਿ ਉਹਨੂੰ ਹੇਠੋਂ ਉੱਤੋਂ ਮਿਰਚਾਂ ਲੱਗੀਆਂ ਉਹਨੇ ਵੀਡੀਓ ਜਿਹੜੀ ਮੇਰੇ ਤੇ ਵੀਡੀਓ ਕਰ ਰਿਹਾ। ਅੱਛਾ, ਉਹਦੇ ਕੁਝ ਸਵਾਲਾਂ ਦੇ ਮੈਂ ਤੁਹਾਨੂੰ ਜਵਾਬ ਦੇਣ ਲੱਗਾ, ਬਲਕਿ ਇਹਨੂੰ ਜਵਾਬ ਦੇਣ ਲੱਗਾ ਅਸਲ ਮੈਂ, ਕਿ ਮੈਂ ਵੀਡੀਓ ਕਿਸ ਤੋਂ ਬਣਾਈ ਸੀ, ਤੂੰ ਉਲਟਾ ਮੈਨੂੰ ਕੀ ਜਵਾਬ ਦੇਣ ਡਿਆ, ਮੇਰੇ ਕੋਲ ਤੁਸੀਂ ਕੀ ਜਵਾਬ ਲੈਣਾ। ਰਿੰਦ ਸਾਹਿਬ, ਆ ਵੀਡੀਓ ਤੁਸੀਂ ਵੇਖਣੀ ਹੈ, ਸੁਣਿਓ ਜ਼ਰਾ। ਤੁਸੀਂ ਆਖਿਆ ਕਿ ਮੈਂ ਅਸਲ ਵਿੱਚ ਆ ਵੀਡੀਓ ਤਾਂ ਬਣਾਉਣ ਲੱਗਾ, ਤੁਸੀਂ ਇਹ ਨਾ ਆਖਿਓ ਪਤਾ ਨਹੀਂ ਤੇ ਉਹ ਜੱਟ ਡਰ ਗਿਆ ਇਹਦੇ ਕੋਲ। ਲੇਕਿਨ ਜਿਹੜੀਆਂ ਕੁਝ ਇਹਨੇ ਗੱਲਾਂ ਵੀ ਕੀਤੀਆਂ ਨਾ, ਉਹਦਾ ਵੀ ਤੁਹਾਨੂੰ ਅਸਲ 'ਚ ਜਵਾਬ ਦੇਣਾ ਬਹੁਤ ਜ਼ਰੂਰੀ। ਜਿਵੇਂ ਇਹਨੇ ਆਖਿਆ ਨਾ ਕਿ ਆ ਵੀਡੀਓ ਬਣਾਉਣੀ ਮੇਰੀ ਮਜਬੂਰੀ ਬਣ ਗਈ, ਸਮਝੋ ਮੇਰੀ ਵੀ ਆ ਮਜਬੂਰੀ ਬਣ ਗਈ। ਕੁਝ ਗੱਲਾਂ ਜਿਹੜੀਆਂ ਅੱਜ ਰਹਿ ਗਈਆਂ ਸਨ ਉਹ ਤੁਹਾਡੇ ਸਾਹਮਣੇ ਰੱਖਣੇ ਆ। ਫਿਰ ਜੇ ਬੰਦਾ ਟੁਰ ਪਿਆ ਨਾ ਤੇ ਫਿਰ ਠੀਕ ਹੈ, ਫਿਰ ਕੀ ਆਂਦੇ ਨੇ ਭੱਜਦੇ ਨੂੰ ਵਾਹਣ ਇੱਕੋ ਜੇ। ਅੱਛਾ, ਇਹਨੇ ਨਾ ਪਹਿਲੇ ਨੰਬਰ ਤੇ ਜਿਹੜੀ ਗੱਲ ਆਖੀ ਨਾ, ਇਹਨੇ ਆਖਿਆ ਜੀ ਮੈਂ ਇਹਨੂੰ ਸਖਤ ਲਫ਼ਜ਼ਾਂ ਨੇ ਮੇਰੇ ਨੂੰ ਕਹਿ ਰਿਹਾ ਕਿ ਮੈਂ ਤਾਂ ਨਾਂ ਨਹੀਂ ਜਾਣਦਾ ਤੇ ਮੈਂ ਇਹਨੂੰ ਤਾਂ ਮੁੱਛੜ ਕਹਿ ਰਿਹਾ। ਠੀਕ, ਇਹਨੇ ਮੈਨੂੰ 2-3 ਵਾਰੀ ਵੀਡੀਓ ਦੇ ਵਿੱਚ ਆਖਿਆ ਬਗੈਰਤ। ਲਓ ਅੱਜ ਅਸੀਂ ਨਾ ਸਟਾਰਟ ਇਸੇ ਪੁਆਇੰਟ ਤੋਂ ਅਸੀਂ ਲੈਂਦੇ ਹਾਂ, ਇੱਕ ਇੱਕ ਕਰਕੇ ਇਹਨੇ ਮੇਰੇ ਪੁਆਇੰਟਾਂ ਦਾ ਜ਼ਿਕਰ ਕੀਤਾ ਨਾ, ਇੱਕ ਇੱਕ ਕਰਕੇ ਮੈਂ ਵੀ ਇਹਨੂੰ ਪੁਆਇੰਟਾਂ ਦੇ ਹਿਸਾਬ ਨਾਲ ਇਹਦਾ ਜਵਾਬ ਦੇਣਾ। ਮਜ਼ਾ ਆਏਗਾ, ਯਕੀਨ ਕਰੋ ਤੁਹਾਨੂੰ ਇਹ ਗੱਲ ਸੁਣਨ ਦਾ। ਅਸੀਂ ਕੀ ਆਂਦੇ ਹੁੰਦੇ ਨੇ ਕਿ ਇਹਨੂੰ ਕੋਈ ਸਿਰ ਤੇ ਸਵਾਰ ਨਹੀਂ ਕੀਤਾ, ਓਹੋ ਪਤਾ ਨਹੀਂ ਕੋਈ ਬਲਾ ਸਾਨੂੰ ਟੱਕਰ ਗਈ। ਅੱਲਾ ਸੋਹਣੇ ਦਾ ਲੱਖ ਵਾਰੀ ਸ਼ੁਕਰ ਹੈ, ਅਸੀਂ ਇਹੋ ਜਿਹਿਆਂ ਕੋਲੋਂ ਨਾ ਡਰਨ ਡੁਰਨ ਵਾਲੀ ਕੋਈ ਚੱਕਰ ਨਹੀਂ ਹੈ, ਅਲਹਮਦੁਲਿਲਾ। ਲੇਕਿਨ ਇਹਨੇ ਮੈਨੂੰ ਆਖਿਆ 2-3 ਵਾਰੀ ਬਗੈਰਤ। ਠੀਕ ਹੈ ਨਾ, ਪਹਿਲੇ ਕਹਿ ਵੀ ਰਿਹਾ ਕਿ ਮੈਂ ਇਹਨੂੰ ਉਹੋ ਜਿਹੇ ਲਫ਼ਜ਼ਾਂ ਨਾਲ ਨਹੀਂ ਆਖਣਾ ਕਿਉਂਕਿ ਮੈਂ ਇਹ ਖਾਨਦਾਨੀ ਬੰਦਾ ਵਾਂ, ਇਹ ਖਾਨਦਾਨੀ ਬੰਦਾ ਜੀ, ਹਾਂਜੀ। ਤੇ ਮੈਨੂੰ 2-3 ਵਾਰੀ ਬਗੈਰਤ ਵੀ ਆਖਿਆ, ਉਹਦਾ ਜਵਾਬ ਪਹਿਲੇ ਸੁਣ ਲਵੋ। ਅੱਛਾ, ਮੈਂ ਇਸ ਬੰਦੇ ਨੂੰ ਬਗੈਰਤ ਨਹੀਂ ਆਖਣਾ, ਇਹ ਤੁਹਾਡੇ ਤੇ ਮੈਂ ਛੱਡ ਦਿਆਂਗਾ, ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਨਹੀਂ ਲਿਖਣਾ ਕਿਸੇ ਨੂੰ। ਠੀਕ ਹੈ ਨਾ ਜੀ, ਸਿਰਫ ਤੁਸੀਂ ਇਹ ਦਿਲ ਵਿੱਚ ਵੇਖ ਲੈਣਾ ਕਿ ਇਸ ਲਫ਼ਜ਼ ਤੇ ਪੂਰਾ ਕਿਹੜਾ ਬੰਦਾ ਉਤਰ ਰਿਹਾ। ਇਹਨੇ ਆਪਣੀ ਬੀਵੀ ਉਹ ਟੈਕ ਦਾ ਯੂਟਿਊਬ ਦਾ ਚੈਨਲ, ਇਹਨੇ ਆਪਣੀ ਉਹ ਬੀਵੀ ਵਾਲੇ ਉਹ ਰੰਡੀ ਰੋਣੇ, ਤੁਹਾਨੂੰ ਪਤਾ, ਰੋਣ ਟੋਣ, ਯਾਨੀ ਕਿ ਬੀਵੀ ਨੂੰ ਕੈਸ਼ ਕਰਾਉਣਾ ਸ਼ੁਰੂ ਕਰ, ਉਹਦੀ ਬਿਮਾਰੀ ਕੈਸ਼ ਕਰਾਉਣੀ ਸ਼ੁਰੂ ਕਰਤੀ। ਮੈਂ ਪਹਿਲੇ ਕਹਿ ਦੇਣਾ, ਮੈਂ ਪਹਿਲੀ ਵੀਡੀਓ ਵਿੱਚ ਵੀ ਕੱਲ ਵਾਲੀ 'ਚ ਆਖਿਆ ਸੀ ਕਿ ਅੱਲਾ ਪਾਕ ਸਾਡੀ ਭਰਜਾਈ ਨੂੰ ਤੰਦਰੁਸਤੀ ਸਿਹਤ ਦੇ, ਰੱਬ ਦੀ ਕਸਮ ਮੈਂ ਵੈਸੇ ਵੀ ਨਮਾਜ਼ ਪੜ੍ਹ ਕੇ ਉਹਦੇ ਵਾਸਤੇ ਦੁਆ ਕੀਤੀ ਹੈ, ਤੁਹਾਨੂੰ ਦੱਸਣਾ ਵੀ ਜ਼ਰੂਰੀ ਨਹੀਂ, ਵੈਸੇ ਮੈਂ ਗੱਲ ਕਰਨ ਆਇਆ। ਲੇਕਿਨ ਮੇਰਾ ਮਕਸਦ ਸੀ ਕਿ ਜਿਹੜਾ ਆਪਣੀ ਬੀਵੀ ਨੂੰ ਕੈਸ਼ ਕਰਵਾ ਰਿਹਾ, ਉਹਦੀ ਬਿਮਾਰੀਆਂ ਹਮਦਰਦੀਆਂ ਜਿਹੜੀਆਂ ਲੋਕਾਂ ਤੋਂ ਲੈ ਰਿਹਾ, ਅਸਲੇ ਬੰਦਾ ਇਹ ਕੰਮ ਛੱਡ ਦੇ। ਲੇਕਿਨ ਇਹ ਮੁੜਿਆ ਨਹੀਂ, ਮੇਰੀ ਗੱਲ ਉਹ ਸਮਝਿਆ ਨਹੀਂ। ਅੱਛਾ ਜੀ, ਮੈਂ ਹੁਣ ਤੁਹਾਨੂੰ ਦੱਸਣਾ ਵਾਂ ਕਿ ਇਹ ਮੇਰਾ ਚਾਚਾ ਵੱਡਾ, ਯਾਨੀ ਸਾਬਰ ਹੁਸੈਨ ਸਾਹਿਬ, ਜਿਹੜੇ ਕਿ ਫੌਤ ਹੋ ਗਏ ਤਕਰੀਬਨ 2 ਸਾਲ, ਦਸੰਬਰ 'ਚ 2 ਸਾਲ ਹੋ ਜਾਣੇ ਨੇ। ਸਭ ਤੋਂ ਪਹਿਲੇ ਮੈਂ ਵੀਡੀਓਜ਼ ਦਾ ਆਗਾਜ਼ ਹੀ ਅਸੀਂ ਚਾਚੇ ਨਾਲ ਬਹਿ ਕੇ, ਮੈਂ ਬੜੀ ਯਾਰੀ ਦੋਸਤੀ ਸੀ ਮੇਰੀ ਇਹਨਾਂ ਨਾਲ, ਇਹਨਾਂ ਦੀ ਔਲਾਦ ਕੋਈ ਨਹੀਂ ਤੇ ਅਸੀਂ ਉਹਨਾਂ ਦੀ ਔਲਾਦ ਹੀ ਸਾਂ, ਤੇ ਮੈਂ ਸਟਾਰਟ ਕਿਉਂਕਿ ਇਹਨਾਂ ਕੋਲ ਬੜਾ ਖਜ਼ਾਨਾ ਸੀ ਇੱਕ ਇਲਮ ਦਾ, ਐ ਟੂਣੇ ਟੋਟਕੇ ਦਮ ਦਰੂਦ ਫੀ ਸਬੀਲਿਲਾ, ਯਾਨੀ ਕਿ ਪਿਛਲੇ 100 ਸਾਲ ਤੋਂ ਅਸੀਂ ਮੱਝਾਂ ਗਾਵਾਂ ਦੇ ਤਵੀਜ਼ ਜਿਹੜੇ ਕਰਨੇ ਆ, ਫੀ ਸਬੀਲਿਲਾ, ਇੱਕ ਪੈਸਾ ਸਾਡੇ ਤੇ ਹਰਾਮ ਹੈ, ਤੇ ਪੂਰੇ ਪੰਜਾਬ 'ਚ ਲੋਕ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਦਿੰਦੇ ਹਾਂ। ਅੱਛਾ ਜੀ, ਜਦੋਂ ਚਾਚੇ ਉਹਨੂੰ ਲੈ ਕੇ ਅਸੀਂ ਵੀਡੀਓ ਬਣਾਈਆਂ ਤੇ ਆਖਰੀ ਆ ਜਦੋਂ 2 ਸਾਲ ਪਹਿਲੇ ਜਦੋਂ ਫੌਤ ਹੋਏ ਇਹਨਾਂ ਵਿੱਚ ਬਿਮਾਰ ਰਹਿਣ ਲੱਗ ਪਏ, ਕਦੀ ਤੁਸੀਂ ਵੇਖਿਆ ਹੋਣਾ ਕਿ ਮੈਂ ਚਾਚੇ ਨੂੰ ਉਹ ਬਿਮਾਰੀ ਲੈ ਕੇ ਕਦੀ ਵੀਡੀਓ ਬਣਾਈ ਹੋਏ, ਕਦੀ ਯੂਟਿਊਬ ਤੇ ਜਾਂ ਫੇਸਬੁੱਕ ਤੇ ਟਿਕਟੋਕ ਤੇ ਕਿਤੇ ਸਾਡੀ ਉਹ ਬਿਮਾਰੀਆਂ ਵਾਲੀ ਵੀਡੀਓ ਸਾਹਮਣੇ ਆਈ ਹੋਈ ਤੁਹਾਡੇ। ਤੁਹਾਡੇ ਸਾਹਮਣੇ ਮੈਂ ਸਾਰੇ ਪੁਆਇੰਟ ਰੱਖਣ ਲੱਗਾ ਕਿ ਬਗੈਰਤ ਕੌਣ ਹੈ, ਕੌਣ ਹੁੰਦਾ ਹੈ, ਇਹ ਲਫ਼ਜ਼ ਤੇ ਪੂਰਾ ਕੌਣ ਉਤਰਦਾ। ਚਲੋ ਜੀ ਠੀਕ ਹੈ, ਹਾਲਾਂਕਿ ਚਾਚਾ ਵੱਡਾ, ਅਸੀਂ ਸਟਾਰਟ ਉਹਨੇ ਵੀਡੀਓ ਮੇਰੀ ਵੀਡੀਓ ਵਿੱਚ ਆਉਂਦੇ ਰਹੇ, ਲੇਕਿਨ ਉਹਨਾਂ ਬਿਮਾਰੀ ਦੇ ਜਿਹੜੇ ਲਮਹਾਤ ਸੀ ਉਹ ਵਕਤ ਸੀ ਉਹ ਮੈਂ ਕੈਸ਼ ਨਹੀਂ ਕਰਵਾਇਆ।
ਫਿਰ ਉਹ ਫੌਤ ਹੋ ਗਏ ਉਹਨਾਂ ਦੇ ਜਨਾਜ਼ੇ ਦੀ ਕਬਰ ਦੀ ਲੋਕੀ ਸਾਰੇ ਇੰਜ ਦੇ ਵਲੌਗਰ ਸਾਰਾ ਕੁਝ ਕਰਦੇ ਨੇ, ਲੇਕਿਨ ਮੇਰੀ ਵੀਡੀਓ ਤੁਸੀਂ ਵੇਖੀ ਨਹੀਂ ਬਣਾਈ, ਕਿਉਂਕਿ ਸਾਨੂੰ ਉਹ ਦਿਲੀ ਸਦਮਾ ਸੀ, ਪੈਸੇ ਨੂੰ ਪਾਓ ਚੁੱਲ੍ਹੇ ਵਿੱਚ, ਸਾਰਾ ਕੁਝ ਡਾਲਰ ਨਹੀਂ ਹੁੰਦਾ ਸੋਹਣਿਆ। ਫਿਰ ਅੱਗੇ ਸੁਣ, ਇਹ ਮੇਰਾ ਚਾਚਾ ਨਿੱਕਾ, ਚਾਚਾ ਮਨਵਰ ਹੁਸੈਨ, ਯਕੀਨ ਮੰਨੋ ਇੰਨਾ ਸਾਨੂੰ ਪਿਆਰ, ਮੇਰੀ ਯਾਰੀ ਸੀ ਇਹਦੇ ਨਾਲ, ਸਾਨੂੰ ਪਤਾ ਕਿ ਸਾਡੇ ਉੱਤੇ ਉਹ ਲਮਹਾ ਕਿਸ ਤਰ੍ਹਾਂ ਦਾ ਸੀ ਜਦੋਂ ਇਹ ਚੰਦ ਦਿਹਾੜ ਪਹਿਲੇ ਫੌਤ ਹੋਏ। ਲੇਕਿਨ ਪਿਛਲੇ ਤਕਰੀਬਨ 5 ਤੋਂ 6 ਵਰੇ ਉਹ ਬਿਮਾਰ ਰਹੇ, ਲੇਕਿਨ ਪਹਿਲੇ ਘੱਟ ਸੀ ਬਿਮਾਰ, ਚੱਲਦੇ ਫਿਰਦੇ ਫਿਰਦੇ ਵੀ ਨਾਲ ਰਹਿੰਦੇ ਸੀ। ਲਾਹੌਰ ਜਾ ਕੇ ਪੰਜਾਬ ਘੜਿਆਲੋ ਜੀ ਜਿਹੜਾ ਦਿਲ ਵਾਲਾ ਹੋਸਪਿਟਲ ਹੈ, 3 ਦਿਨ ਰੱਖਿਆ ਮੈਂ। ਮੇਰੀ ਵੀਡੀਓ ਤੁਸੀਂ ਵੇਖੀ ਜਾਂ ਮੈਂ ਗੱਲ ਕੀਤੀ ਉਹਦੇ ਤੇ, ਉਹ ਸਾਰਾ ਮਾਹੌਲ ਵਿਖਾਇਆ ਹੋਏ ਰੋਣ ਧੋਣ ਵਾਲਾ, ਇਹਦੇ ਵਾਂਗੂ ਸਾਇਰੇਂਦ ਵਾਂਗੂ ਨਹੀਂ ਵਿਖਾਇਆ। ਸਿਆਲਕੋਟ ਸਿਵਲ ਹਸਪਤਾਲ ਵਿੱਚ 3-4 ਦਿਨ ਉੱਥੇ ਅਸੀਂ ਰੱਖਿਆ, ਮੇਰੀ ਵੀਡੀਓ ਸਾਹਮਣੇ ਆਈ, ਤੁਸੀਂ ਵੇਖੀ ਯੂਟਿਊਬ ਤੇ ਜਾਂ ਕਿਸੇ ਪਲੇਟਫਾਰਮ, ਨਹੀਂ ਆਈ, ਨਹੀਂ ਬਣਾਈ ਅਸੀਂ। ਫਿਰ ਕੋਈ ਦਰਬਾਰ, ਕੋਈ ਪੀਰ ਫਕੀਰ, ਕੋਈ ਡਾਕਟਰ ਨਹੀਂ ਅਸੀਂ ਛੱਡਿਆ ਜਿਹਦੇ ਕੋਲ ਚਾਚੇ ਮਨਾਵਰ ਨੂੰ ਅਸੀਂ ਲੈ ਕੇ ਨਹੀਂ ਗਏ, ਲੇਕਿਨ ਮੇਰੀ ਕੋਈ ਵੀਡੀਓ ਆਈ ਰੋਣ ਧੋਣ ਵਾਲੀ ਉਸ ਤਰ੍ਹਾਂ ਦੀ, ਨਹੀਂ। ਫਿਰ ਇਹ ਜਿਹੜੇ ਕੋਈ 10-15 ਦਿਨ ਪਹਿਲੇ, ਜਿਹੜੇ ਕੋਈ 20 ਦਿਨ ਪਹਿਲੇ ਫੌਤ ਹੁੰਦੇ ਨੇ, ਉਹ ਯਕੀਨ ਮੰਨੋ ਹਸਪਤਾਲਾਂ ਵਿੱਚ ਅਸੀਂ ਜਿਹੜੇ, ਹਾਂ ਇੱਥੇ ਮੈਨੂੰ ਯਾਦ ਆ ਗਿਆ, ਮੈਂ ਆਉਂਦਾ ਹਾਂ ਕਿਸੇ ਕੋਈ ਟਾਈਮ ਆਇਆ ਤੇ ਇਸ ਹਸਪਤਾਲ ਤੇ, ਇਸ ਹਸਪਤਾਲ ਦੇ ਲੋਕਾਂ ਦੇ ਅਮਲੇ ਦੇ ਮੈਂ ਜ਼ਰੂਰ ਗੱਲ ਕਰਾਂਗਾ। ਸਿਆਲਕੋਟ ਇੱਕ ਕ੍ਰਿਸਚਨ ਹਸਪਿਟਲ ਹੈ, ਬਥਾਨੀਆਂ ਗੱਲ ਬਣਾਇਆ ਹੋਈ ਨਾ, ਬਥਾਨੀਆਂ ਮਸੀਹਾਂ ਦਾ, ਰੱਬ ਦੀ ਸਹੁੰ ਮੈਂ ਉਹਨਾਂ ਸਭ ਨੂੰ ਸਲਾਮ ਪੇਸ਼ ਕਰਨਾ ਜਿੰਨਾ ਉਹਨਾਂ ਦਾ ਅਮਲਾ, ਡਾਕਟਰ ਨਰਸਾਂ ਉੱਥੋਂ ਦੀ ਸਫਾਈ ਕਰਨ ਵਾਲੀਆਂ ਵੀ, ਇੰਨਾ ਮੈਂ ਕਹਿੰਦਾ ਵਾ ਕਿ ਉਹ ਰੱਬ ਦੀ ਮਖਲੂਕ ਨਾਲ ਪਿਆਰ ਕਰਨ ਵਾਲੇ ਲੋਕ, ਉਹਨਾਂ ਨੇ ਇਹ ਵੇਖਿਆ ਕਿ ਸਾਡੇ ਮਜ਼ਹਬ ਦੇ ਨਹੀਂ ਹੈ, ਇਹ ਮੁਸਲਮਾਨ ਨੇ, ਅਸੀਂ ਕ੍ਰਿਸਚਨ। ਐਸਾ ਯਕੀਨ ਮੰਨੋ ਉਹਨਾਂ ਦਾ ਰਵੱਈਆ ਖੂਬਸੂਰਤ, ਡਾਕਟਰਾਂ ਦਾ, ਨਰਸਾਂ ਦਾ, ਹੱਤਾ ਕਿ ਝਾੜੂ ਦੇਣ ਵਾਲੀਆਂ ਜਿਹੜੀਆਂ ਸਾਡੀਆਂ ਉੱਥੇ ਮਾਵਾਂ ਸੀ, ਰੱਬ ਦੀ ਸਹੁੰ ਉਹਨਾਂ ਨੇ ਦੁਆ ਦੇ ਕੇ ਨਿਕਲਣਾ। ਫਿਰ ਜੀ ਤੋਂ ਪਿਆਰ ਮੁਹੱਬਤ ਤੋਂ ਇਲਾਵਾ ਉਹਨਾਂ ਦੇ ਮੱਥੇ ਤੇ ਅਸੀਂ ਸ਼ਿਕਨ ਨਹੀਂ ਵੇਖੀ। ਸਭ ਤੋਂ ਵੱਡੀ ਗੱਲ ਸਾਡੇ ਹਸਪਤਾਲਾਂ ਜਿਹੜੇ ਮੁਸਲਮਾਨਾਂ ਦਾ, ਖਾਸ ਕਰ ਇਹਨਾਂ ਦੀ, ਉਹ ਬੀਬੀਆਂ ਜਿਹੜੀਆਂ ਨਰਸਾਂ ਨੇ, ਉਹ ਡਾਕਟਰ, ਇਹਨਾਂ ਦੇ ਹੱਥਾਂ ਵਿੱਚ ਮੋਬਾਈਲ ਨਹੀਂ ਛੁੱਟਦੇ, ਉਹ ਟਿਕਟਕੀਆਂ ਵੇਖੀ ਜਾਣੀਆਂ, ਲੇਕਿਨ ਮੈਂ ਕਿਸੇ ਦੇ ਹੱਥ ਵਿੱਚ ਵੀ ਮੋਬਾਈਲ ਯੂਜ਼ ਕਰਦਿਆਂ ਹਸਪਤਾਲ 'ਚ ਨਹੀਂ ਵੇਖਿਆ। ਬਹੁਤ ਸੋਹਣਾ ਰਵੱਈਆ, ਸਲਾਮ ਹੈ ਉਹਨਾਂ ਲੋਕਾਂ ਨੂੰ, ਅੱਲਾ ਉਹਨਾਂ ਨੂੰ ਸਲਾਮਤ ਰੱਖੇ, ਜਿਉਂਦੇ ਵਸਦੇ ਰਹਿਣ। ਅਸੀਂ ਉੱਥੇ ਵੀ ਪਿਛਲੇ ਦਿਨ ਚਾਚੇ ਮਨਵਰ ਨੂੰ ਲੈ ਕੇ ਗਏ, ਮੇਰੀ ਵੀਡੀਓ ਤੁਸੀਂ ਵੇਖੀ, ਪਿਛਲੇ ਦਿਨ ਚਾਚੇ ਹੋਰੀ ਫੌਤ ਹੋ ਗਏ, ਉਹ ਸਾਡੇ ਤੇ ਕਿਆਮਤ ਦਾ ਇੱਕ ਲਮਹਾ ਸੀ, ਮੇਰੀਆਂ ਚੰਦ ਦਿਹਾੜ ਵੀਡੀਓ ਵੀ ਨਹੀਂ ਆਈਆਂ, ਲੇਕਿਨ ਉਹਨਾਂ ਦੀ ਉਸ ਬਿਮਾਰੀ ਨੂੰ ਲੈ ਕੇ, ਉਹ ਜਨਾਜ਼ਾ, ਉਹ ਸਾਰਾ ਕੁਝ, ਕਬਰ ਦੀ ਇੱਕ ਵੀਡੀਓ ਤੁਸੀਂ ਮੇਰੀ ਵੇਖੀ, ਯਾਨੀ ਕਿ ਮੈਂ ਚਾਚੇ ਨੂੰ ਕੈਸ਼ ਕਰਵਾਇਆ ਨਹੀਂ, ਕਿਉਂਕਿ ਸਾਡੀ ਨਜ਼ਰ 'ਚ ਪੈਸਾ ਸਾਰਾ ਕੁਝ ਨਹੀਂ ਹੁੰਦਾ, ਖਾਨਦਾਨੀ ਲੋਕਾਂ ਤੇ ਦੂਜਿਆਂ 'ਚ ਇਹ ਫਰਕ ਹੁੰਦਾ। ਇਹ ਕੀ ਕਰ ਰਿਹਾ, ਮੈਂ ਫਿਰ ਕਹਿ ਰਿਹਾ, ਇਹਦੀ ਬੀਵੀ ਸਾਡੀ ਭਰਜਾਈ ਹੈ, ਅੱਲਾ ਉਹਨੂੰ ਤੰਦਰੁਸਤੀ ਸਿਹਤ ਦੇਵੇ, ਸ਼ਾਮ ਪੈਣ ਡਈ, ਰੱਬ ਦੀ ਸੌਂ, ਉਹਦੇ ਵਾਸਤੇ ਸੱਚੇ ਦਿਲੋਂ ਦੁਆਵਾਂ ਸੀ ਨਿਕਲ ਰਹੀਆਂ। ਲੇਕਿਨ ਇਹਨੇ ਕੀ ਕਰਵਾਇਆ, ਟੈਕ ਦਾ ਯੂਟਿਊਬ ਚੈਨਲ, ਮੇਰਾ ਤੇ ਵਲੌਗਿੰਗ ਵਾਲਾ ਸੀ ਪਹਿਲਾਂ ਹੀ, ਇਹਦਾ ਟੈਕ ਦਾ ਚੈਨਲ, ਲੇਕਿਨ ਇਹਨੇ ਆਪਣੀ ਬੀਵੀ ਦੀ ਬਿਮਾਰੀ ਕੈਸ਼ ਕਰਾਉਣੀ ਸ਼ੁਰੂ ਕਰ ਦਿੱਤੀ, ਆਪਣੇ ਬੱਚਿਆਂ, ਬੀਵੀ ਕਦੀ ਹੋਸਪਿਟਲ ਹੈ, ਕਦੀ ਕਿਤੇ, ਰੋ ਤੋ ਕੇ ਨੇ ਰੰਡੀ ਰੋਣਾ ਪਾਇਆ। ਤੁਸੀਂ ਵੇਖੀ ਨਾ ਵੀਡੀਓ, ਜ਼ਰੂਰਤ ਨਹੀਂ ਹੁਣ ਉਹ ਥੰਬ ਨਾਲ ਸਾਰਾ ਕੁਝ ਤੁਹਾਨੂੰ ਵਿਖਾਉਣ ਦੀ, ਤੁਹਾਨੂੰ ਸਭ ਨੂੰ ਪਤਾ। ਹੁਣ ਤੁਸੀਂ ਆਪਣੀ ਇਮਾਨਦਾਰੀ ਨਾਲ ਦਿਲ 'ਚ ਸੋਚਣਾ, ਕਮੈਂਟ ਨਹੀਂ ਕਰਨਾ ਕਿਸੇ ਨੂੰ, ਅਸੀਂ ਨਹੀਂ ਕਹਿਣਾ ਬਗੈਰਤ ਕੌਣ ਹੈ, ਕੌਣ ਹੋਇਆ ਇਹਨਾਂ ਵਿੱਚੋਂ ਜਿਹਨੇ ਬਿਮਾਰੀਆਂ ਕੈਸ਼ ਨਹੀਂ ਕਰਵਾਈਆਂ। ਹਾਲਾਂ ਮੈਂ ਚਾਹੁੰਦਾ ਤਾਂ ਲੱਖਾਂ ਵਿਊ ਲੈ ਸਕਦਾ ਸੀ, ਲੇਕਿਨ ਇਹ ਕੰਮ ਨਹੀਂ ਕੀਤਾ, ਲੇਕਿਨ ਇਹ ਬੰਦਾ ਕਰਨ ਡਿਆ, ਇਹਦਾ ਚੈਨਲ ਵੀ ਇਸ ਕੀ ਆਉਂਦੇ ਨੇ ਕੈਟੇਗਰੀ ਦਾ ਨਹੀਂ, ਲੇਕਿਨ ਕਰ ਰਿਹਾ, ਠੀਕ। ਤੇ ਹੁਣ ਦਿਲ 'ਚ ਸੋਚ ਲਓ ਕਿ ਇਸ ਲਫ਼ਜ਼ ਤੇ ਜਿਹੜਾ ਮੈਨੂੰ ਬਾਰ ਬਾਰ ਆਖ ਰਿਹਾ, ਇਹ ਕੌਣ ਪੂਰਾ ਉਤਰਦਾ। ਅੱਗੇ ਚਲੋ ਜੀ, ਫਿਰ ਇਹਨੇ ਆਖਿਆ, ਸੋਹਣਿਆ ਅਸੀਂ, ਤੁਸੀਂ ਜੱਟ ਲੋਕ, ਤੁਸੀਂ ਤੁਹਾਨੂੰ ਤੁਸੀਂ ਕਿਵੇਂ ਆ ਯੂਟਿਊਬ ਤੇ ਆ ਗਏ,
ਅਸੀਂ ਤੇ ਰਿੰਦ ਤੇ ਅਸੀਂ ਤੇ ਬਲੋਚ ਤੇ ਫਲਾਂ ਟਮਕਾਉਣ ਸਾਡੀ ਜ਼ਾਤ ਇਸ ਤਰ੍ਹਾਂ ਤੇ ਉਸ ਤਰ੍ਹਾਂ। ਅੱਛਾ ਇੱਥੇ ਮੈਂ ਜ਼ਾਤਾਂ ਪਾਤਾਂ ਅਸੀਂ ਇਹਦੇ ਬਾਰੇ ਕੋਈ ਇੰਨਾ ਬਲੀਵ ਨਹੀਂ ਕਰਦੇ। ਅੱਲਾ ਸੋਹਣੇ ਦੀ ਨਜ਼ਰ ਵਿੱਚ ਬਿਹਤਰੀਨ ਬੰਦਾ ਹੋਵੇ ਜਿਹੜਾ ਉਹਦੀ ਬਾਰਗਾਹ ਚੰਗਾ ਮੁਤਕੀ ਪ੍ਰੇਜ਼ਗਾਰ। ਲੇਕਿਨ ਇੱਕ ਚੀਜ਼ ਛੋਟੀ ਸਾਰੀ ਕਰਕੇ ਅੱਗੇ ਗੁਜ਼ਰਨੇ, ਅੱਗੇ ਹੋਰ ਪੁਆਇੰਟ ਤੇ ਚੱਲਨੇ ਆ। ਜਿਹੜਾ ਤੂੰ ਗੱਲ ਕੀਤੀ ਨਾ ਬਲੋਚਾਂ ਵਾਲੀ ਤੇ ਉਹ ਰਿੰਦਾਂ ਵਾਲੀ, ਉਹ ਅਸੀਂ ਸਾਰਾ ਤੇਰੇ ਆਹ ਬਿਲੋਂਗ ਸਾਰਾ ਕੁਝ ਉਹ ਰੋਣ ਤੋਂ ਵੇਖ ਰਹੇ ਹਾਂ। ਇਹ ਪੰਜਾਬ ਅਲਹਮਦੁਲਿਲਾ ਪੰਜਾਬੀ ਤੇ ਪੰਜਾਬ ਵੱਡੇ ਦਿਲ ਵਾਲੇ ਲੋਕ ਨੇ। ਇਹ ਕੀ ਆਉਂਦੇ ਨੇ ਮੁਹੱਬਤ ਕਰਨ ਵਾਲੇ ਲੋਕ ਨੇ, ਅਮਨ ਪਸੰਦ ਲੋਕ ਨੇ। ਤੇ ਤੁਹਾਡੇ ਉਹ ਜਿਹੜੇ ਬਲੋਚਿਸਤਾਨ ਪਤਾ ਕੀ ਹੁੰਦਾ, ਸਾਡੇ ਪੰਜਾਬੀ ਜਾਂਦੇ ਨੇ ਉਹਨਾਂ ਸ਼ਨਾਖਤੀ ਕਾਰਡ ਵੇਖ ਕੇ ਲਾ ਕੇ ਬੱਸਾਂ ਤੋਂ ਲਾ ਕੇ ਮਾਰਿਆ ਜਾਂਦਾ। ਮਾਰਿਆ ਜਾਂਦਾ ਕਿ ਨਹੀਂ ਮਾਰਿਆ ਜਾਂਦਾ? ਕਦੀ ਕਿਸੇ ਬਲੋਚ ਨੂੰ ਇੱਧਰ ਪੰਜਾਬ 'ਚ ਆ ਕੇ ਕੋਈ ਤੰਗੀ ਕੋਈ ਤਕਲੀਫ ਕਿਸੇ ਪੰਜਾਬੀ ਤੋਂ ਪੜੀ ਹੋਏ? ਨਹੀਂ, ਕਿਉਂਕਿ ਅਸੀਂ ਪਿਆਰ ਕਰਨ ਵਾਲੇ ਲੋਕ ਆ। ਠੀਕ ਹੋ ਗਿਆ, ਚਲੋ ਬਾਕੀ ਛੱਡੋ ਇਸ ਗੱਲ ਨੂੰ, ਅੱਲਾ ਤੁਹਾਨੂੰ ਸਲਾਮਤ ਰੱਖੇ, ਹੱਸਦੇ ਵਾਸਤੇ ਰਹੋ। ਅੱਛਾ ਫਿਰ ਇਹਨੇ ਹੋਰ ਗੱਲ ਆਖੀ ਜੀ, ਉਹ ਮੇਰੀਆਂ ਸ਼ਾਗਿਰਦਾਂ ਨੇ ਉਹਨਾਂ ਨੂੰ ਮੈਂ ਜੋ ਮਰਜ਼ੀ ਆਖਾਂ, ਜਿੱਥੇ ਕੋਈ ਲੱਗਿਆ ਜੀ ਕੋਈ ਕਰ ਰਿਹਾ ਠੀਕ ਕਰ ਰਿਹਾ, ਤੂੰ ਕੌਣ ਹੋਣਾ ਕਹਿਣ ਵਾਲਾ, ਤੂੰ ਮਾਮਾ ਲੱਗਣਾ ਇਹਨਾਂ ਦਾ ਫਲਾਣ ਜੋ ਵੀ ਇਹ ਲੋਕੀ। ਅੱਛਾ ਇੱਥੇ ਮੈਂ ਸਿਰਫ ਇੱਕ ਗੱਲ ਕਰਾਂਗਾ, ਸਾਡਾ ਇੱਥੇ ਨਾ ਕਾਰੀ ਸਾਹਿਬ ਨੇ, ਇੱਕ ਨਾਂ ਨਹੀਂ ਲੈਣਾ ਮੈਂ, ਉਹ ਸਾਨੂੰ ਜਿਹੜੇ ਮੇਰੇ ਪਿੰਡ ਵਾਲੇ ਵੇਖਣ ਉਹਨਾਂ ਨੂੰ ਪਤਾ ਕਿਹੜੇ ਕਾਰੀ ਸਾਹਿਬ ਨੇ, ਬਹੁਤ ਵੱਡਾ ਆਲਮੇ ਦੀਨ। ਉਹ ਜਦੋਂ ਕੋਈ ਅਸਰਾਂ ਦੀ ਕੋਈ ਮਾੜਾ ਕੰਮ ਕਰ ਰਿਹਾ ਹੋਏ ਨਾ, ਤੇ ਲੋਕੀ ਆਖਣਾ ਕਾਰੀ ਸਾਹਿਬ ਛੱਡੋ ਪਰਾਂ, ਜਿੱਥੇ ਕੋਈ ਲੱਗਿਆ ਠੀਕ ਲੱਗਿਆ। ਕਾਰੀ ਸਾਹਿਬ ਵਾਲਾ ਕੀ ਆਉਂਦੇ ਹੁੰਦੇ ਨੇ, ਉਹ ਕਹਿੰਦੇ ਨੇ ਕੋਈ ਆਪਣੀ ਭੈਣ ਨੂੰ ਲੱਗਾ ਹੋਵੇ ਤਾਂ ਤੁਸੀਂ ਵੇਖ ਕੇ ਆਖੋ ਜਿੱਥੇ ਕੋਈ ਲੱਗਿਆ ਠੀਕ ਲੱਗਿਆ। ਉਹ ਸੋਹਣਿਆ ਉਹ ਮੱਖਣਾ, ਤੂੰ ਆਖਿਆ ਕਿ ਮੇਰੇ ਕੋਲ ਕੰਟੈਂਟ ਕੋਈ ਨਹੀਂ ਤੇਰੇ ਕੋਲ, ਯਾਨੀ ਕਿ ਮੇਰੇ ਵੱਲੋਂ ਆਖਿਆ ਤੂੰ ਹੀ ਬਸ ਚੁਗਲੀਆਂ ਕਰਨਾ, ਮੈਂ ਇੰਨੇ ਲੋਕਾਂ ਨੂੰ ਸਿਖਾ ਸਕਣਾ ਵਾ, ਸਿਖਾ ਰਿਹਾ ਵਾਂ, ਜਿਹਨਾਂ ਲੋਕਾਂ ਨੂੰ ਸਿਖਾ ਰਿਹਾ ਨਾ ਉਹਨਾਂ ਦੇ ਸਾਨੂੰ ਕਮੈਂਟ ਤੇ ਉਹ ਆਪਣਾ ਮੈਸੇਜ ਵਗੈਰਾ ਵਟਸਐਪ ਤੇ ਆ ਰਹੇ ਨੇ। ਸਾਡੇ ਕੋਲ ਡਿਟੇਲ ਵੀ ਹੈ ਸਾਰੀ ਉਹਨਾਂ ਕੁੜੀਆਂ ਦੀ ਜਿਨ੍ਹਾਂ ਨਾਲ ਜਨਾਬ ਤੇਰੇ ਰਾਬਤੇ, ਪੈਸੇ ਮੰਗਣੇ ਜਿਨ੍ਹਾਂ ਕੋਲ, ਉਹ ਆਦਲ ਕੋਲ ਪਤਾ ਨਾ, ਆਦਲ ਕੋਲ ਸਾਰੇ ਕੰਮ ਕਰਵਾਉਣਾ ਨਾ, ਯੂਟਿਊਬ ਤੇ ਆਉਣਾ ਮੈਂ ਸਿਖਾਉਣਾ, ਮੈਂ ਤੁਹਾਡੇ ਚੈਨਲ ਚੈੱਕ ਕਰਨਾ ਤੇ ਸੈੱਟ ਕਰਨਾ, ਉਹ ਆਦਲ ਕੋਲੋਂ ਕਰਾਉਣਾ ਨਾ, ਉਹਨੂੰ ਪੈਸੇ ਮਾਸਾ ਸਾਰਾ ਦੇਣਾ ਤੇ ਆਪ ਲੰਮੀ ਦੱਤੀ ਖਿੱਚ ਲੈਣਾ। ਬਾਕੀ ਉਹ ਤੂੰ ਆਖਿਆ ਮੇਰੇ ਕੋਲ, ਯਾਨੀ ਕਿ ਇਹਦੇ ਕੋਲ ਬੁੱਛੜ ਕੋਲ ਕੋਈ ਕੰਟੈਂਟ ਨਹੀਂ, ਸੋਹਣਿਆ ਇਹੋ ਹੀ ਕੰਟੈਂਟ ਹੈ। ਇਹਦਾ ਮਤਲਬ ਤੇਰੇ ਬਕੋਲ ਤੇ ਫਿਰ ਇਹ ਹੀ ਹੋਇਆ ਨਾ ਕਿ ਜਿਹੜੇ ਲੋਕੀ ਬੱਸਾਂ ਕਾਰਾਂ ਬਣਾਉਂਦੇ ਨੇ ਉਹਨਾਂ ਕੋਲ ਤੇ ਕੰਟੈਂਟ ਹੋਇਆ, ਤੇ ਜਿਹੜੇ ਲੋਕੀ ਇਹ ਗੱਲ ਕਰਦੇ ਨੇ ਹੈਂ ਆਪਣਾ ਜਿਹੜੇ ਸਾਫੀ ਲੋਕ ਨੇ, ਫਿਰ ਉਹ ਤੇ ਉਹਨਾਂ ਕੋਲ ਤੇ ਕੋਈ ਕੰਟੈਂਟ ਨਾ ਹੋਇਆ, ਠੀਕ ਨਾ ਹੋਇਆ। ਲੇਕਿਨ ਸਾਨੂੰ ਲੋਕਾਂ ਨੂੰ ਲੁੱਟਣਾ ਨਹੀਂ ਆਉਂਦਾ, ਲੋਕਾਂ ਨਾਲ ਫਰਾਡ ਚੀਟਿੰਗ ਕਰਨੀ ਨਹੀਂ ਆਉਂਦੀ, ਅਸੀਂ ਮੂੰਹ ਤੇ ਗੱਲ ਕਰਨ ਵਾਲੇ ਬੰਦੇ ਆ। ਹੱਕ ਸੱਚ ਦਾ ਨਾਰਾ ਬੁਲੰਦ ਕਰਨ ਵਾਲਾ ਬੰਦਾ ਮੁਜਾਹਿਦ ਹੁੰਦਾ ਹੀ, ਹੱਕ ਦੀ ਗੱਲ ਕਰਨੀ ਹਰ ਕਿਸੇ ਦੇ ਰੋਗ ਵਸ ਦਾ ਰੋਗ ਨਹੀਂ, ਇਹਨੂੰ ਜਹਾਦ ਕਰਨਾ ਕਹਿੰਦੇ ਨੇ, ਮਾੜੇ ਕੰਮ ਨੂੰ ਜਿਹੜਾ ਹਾਈਲਾਈਟ ਕਰਨਾ ਸਮਝਾਉਣ ਵਾਸਤੇ ਕਿ ਬੰਦੇ ਦਾ ਪੁੱਤਰ ਬਣਿਆ ਕੀ ਕਰਨਾ। ਸਮਝ ਆਈ ਕੁਝ ਕੋ ਖਾਨੇ ਗੱਲ ਪੈਣ ਡੀ ਕਿ ਨਹੀਂ? ਫਿਰ ਇੱਕ ਗੱਲ ਇਹਨੇ ਹੋਰ ਵੀ ਆਖੀ ਕਿ ਤੂੰ ਅੱਜ ਤੱਕ ਕੀ ਲੋਕਾਂ ਨੂੰ ਸਿਖਾਇਆ? ਅਲਹਮਦੁਲਿਲਾ ਜਿੰਨਿਆਂ ਨੂੰ ਸਿਖਾਇਆ ਨਾ ਉਹਨਾਂ ਨੂੰ ਅਲਹਮਦੁਲਿਲਾ ਇੱਜ਼ਤ ਮਿਲ ਰਹੀ ਹੈ, ਉਹ ਕਿਸੇ ਸਾਹਮਣੇ ਰੋਣਗੇ ਨਹੀਂ, ਵਕਤ ਆਏਗਾ ਤੇ ਉਹ ਬੋਲਣਗੇ ਕਿ ਸਾਨੂੰ ਫਲਾਣੇ ਬੰਦੇ ਨੇ ਜਾਤ ਸਿਖਾਈ, ਕੁਝ ਦੱਸਿਆ। ਅਗਰ ਪੈਸੇ ਲੈਣਾ ਨਾ, ਜਿਹੜੀ ਗੱਲ ਤੂੰ ਆਖਿਆ ਮੈਂ ਸਰਵਿਸ ਮੁਹੱਈਆ ਕਰਨਾ, ਇਹ ਥੋੜੀ ਸਰਵਿਸ ਕਿ ਤੇਰੀ ਵੀਡੀਓ ਚ ਹੁੰਦਾ ਵੀ ਕੱਖ ਨਹੀਂ, ਤੇਰਾ ਵੀ ਕੰਟੈਂਟ ਇੱਧਰੋਂ ਮਨੋਜ ਦੇ ਤੇ ਫਲਾਣੇ ਟਮਕਾਣੇ ਕੋਲੋਂ ਸੁਣਿਆ ਹੁੰਦਾ, ਥੰਬਨੇਲ ਤੇ ਕੁਝ ਹੋਰ ਹੁੰਦਾ, ਅੰਦਰ ਖਾਤੇ ਕੁਝ ਵੀ ਨਹੀਂ ਹੁੰਦਾ, ਇਹ ਫਰਾਡ ਨਹੀਂ, ਇਹ ਚੀਟਿੰਗ ਨਹੀਂ, ਇਹ ਦੋ ਨੰਬਰ ਹੀ ਨੇ ਲੋਕਾਂ ਨਾਲ। ਤੇ ਬਾਅਦ ਚ ਪੈਸੇ ਮੰਗਣੇ 800 ਰੁਪਈਆ ਆਪਣਾ ਵਟਸਐਪ ਤੇ ਗੱਲ ਕਰਨ ਦਾ, ਤੇ ਬਾਅਦ ਚ ਆਖਣਾ ਤੁਸੀਂ SEO ਨਹੀਂ ਸਹੀ ਪੇ ਕਰਦੇ। ਉਹ ਸਮਝ ਰਿਹਾ ਨਾ ਮੈਂ ਕੀ ਕਹਿਣਾ ਚਾਹ ਰਿਹਾ, ਅਜੇ ਮੇਰੇ ਕੋਲ ਬੜਾ ਮਵਾਦ ਪਿਆ ਪਿੱਛੇ ਯਕੀਨ ਮੰਨ, ਲੇਕਿਨ ਸਿਰਫ ਇਹ ਵੀਡੀਓ ਬਣਾਉਣ ਦਾ ਮਕਸਦ ਤੈਨੂੰ ਦੱਸਣਾ ਕਿ ਜਿਹੜੀ ਤੂੰ ਗੱਲ ਕਰਨ ਡਿਆ ਮੇਰੇ ਤੋਂ ਵੀਡੀਓ ਨਾ ਬਣਾਈ, ਉਹ ਤੂੰ ਬਗੈਰਤ
ਉਹ ਫਲਾਣੇ ਪੈਸੇ ਲੈਂਦੇ, ਉਹ ਫਲਾਣੇ ਭਣਵਈਏ ਪੈਸੇ ਲੈਂਦੇ, ਪਤਾ ਨਾ ਗੱਲਾਂ ਤੂੰ ਕੀਤੀਆਂ ਨੇ। ਇੱਕ ਪਾਸੇ ਤੁਹਾਡੇ ਮੈਂ ਖਾਨਦਾਨੀ ਬੰਦਾ, ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ, ਉੱਥੇ ਚਵਲਾਂ ਵੀ ਮਾਰੀ ਜਾਣ ਡਿਆ। ਹਾਂ ਇੱਕ ਗੱਲ ਜਿਹੜੀ ਤੂੰ ਵਿੱਚ ਬੜੀ ਵਾਰ ਵਾਰ ਕੀਤੀ, ਉਹਨੂੰ ਹਾਈਲਾਈਟ ਤੂੰ ਕੀਤਾ, ਯਾਨੀ ਕਿ ਇਹ ਵੀ ਚੱਕਰ ਹੈ ਨਾ ਤੇਰਾ। ਤੂੰ ਆਖਿਆ ਜੀ ਮੈਂ ਸਰਾਇਕੀਆਂ ਨੂੰ, ਸਰਾਇਕੀ ਪੱਟੀ ਸਰਾਇਕੀਆਂ ਨੂੰ ਸਾਰਿਆਂ ਨੂੰ ਮਾੜਾ ਆਖਿਆ, ਮਾਜ਼ਰਤ ਕਰ ਸੋਹਣਿਆ, ਤੂੰ ਸ਼ਾਇਦ ਕੋਈ ਦੋ ਜਮਾਤਾਂ ਪੜ੍ਹ ਜਾਂਦਾ ਤੇ ਮੇਰੀ ਗੱਲ ਸਮਝ ਜਾਂਦਾ। ਮੈਂ ਆਖਿਆ ਇਹੋ ਜਿਹੇ ਵਲੋਗਰ ਸਰਾਇਕੀ ਪੱਟੀ ਦੇ ਖਾਸ ਕਰ, ਵਲੋਗਰ ਖਾਸ ਕਰ ਜਿਹੜੇ ਇਸ ਨਾਲ ਮਾੜਾ ਕੰਮ ਕਰਦੇ, ਉਹ ਜਿਹੜੇ ਬੀਬੀਆਂ ਨੰਗੀਆਂ ਵਿਖਾਉਂਦੇ ਨੇ, ਪਿਛਵਾੜੇ ਵਿਖਾਉਂਦੇ ਉਹਨਾਂ ਦੇ, ਸਰਾਇਕੀ ਪੱਟੀ ਦੇ ਇਲਾ ਮਾਸ਼ਾਲਾ। ਮੈਂ ਆਖਿਆ ਪਤਾ ਇਲਾ ਮਾਸ਼ਾਲਾ ਦਾ ਕੀ ਮਤਲਬ ਹੁੰਦਾ? ਸਾਰੇ ਨਹੀਂ, ਇਸ ਤਰ੍ਹਾਂ ਦੇ ਕੁਝ ਲੋਕ, ਕੋਈ ਵੀ ਜਾਤ ਬਰਾਦਰੀ ਕੌਮ ਕਬੀਲਾ ਮੁਲਕ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ, ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਭੈੜੇ ਵੀ ਨਹੀਂ ਹੁੰਦੇ। ਇਸ ਵਾਸਤੇ ਇਲਾ ਮਾਸ਼ਾਲਾ ਕਰਕੇ ਮੈਂ ਇਹਨਾਂ ਨੂੰ ਸਮਝੋ ਕਿ ਇਹ ਦਾਇਰਾ ਖਿੱਚਿਆ ਕਿ ਇਸ ਤਰ੍ਹਾਂ ਦੇ ਮਾੜੇ ਲੋਕ ਬੀਬੀਆਂ ਜਿਹੜੀਆਂ ਵਿਖਾ ਕੇ ਤੇ ਉਹ ਵਿਊਜ਼ ਲੈਂਦੇ ਨੇ। ਉਹ ਸਮਝ ਆਈ ਕੁਝ? ਪੁੱਤਰ ਇਸ ਤਰ੍ਹਾਂ ਦੀ ਤੇਰੀ ਦਾਲ ਨਹੀਂ ਅਸੀਂ ਗਲਣ ਦਿੰਦੇ। ਅੱਛਾ ਜਿਹੜਾ ਤੂੰ ਹੋਰ ਬਾਰ ਬਾਰ ਆਪਣੀ ਵੀਡੀਓ 'ਚ ਕਹਿ ਰਿਹਾ, ਆਪਣੇ ਜਾ ਕੇ ਕਮੈਂਟ ਵੇਖ ਤੈਨੂੰ ਗਾਲਾਂ ਪੈਂਦੀਆਂ ਪਈਆਂ। ਉਹ ਸੋਹਣਿਆ ਇਹ ਸਾਰੀਆਂ ਚਾਲਾਂ ਅਸੀਂ ਪੁੱਤਰ ਜਾਣਨੇ ਆ, ਤੂੰ ਤਾਂ ਜੇ ਕੱਲ੍ਹ ਕਿਤੇ ਆਇਆ ਹੋਏਗਾ ਕੋਈ 4-5 ਸਾਲ ਪਹਿਲੇ, 3 ਸਾਲ ਪਹਿਲੇ ਯੂਟਿਊਬ 'ਤੇ ਆਇਆ ਹੋਏਗਾ, ਅਸੀਂ ਇਹ ਸਭ ਚਾਲਾਂ ਪਹਿਲੇ ਦੀਆਂ, ਅਸੀਂ ਤਾਂ ਅਰਸਾ ਦਰਾਜ਼ ਹੋ ਗਿਆ ਸਾਨੂੰ ਇਹੋ ਕੰਮ ਕਰਦੇ ਹਾਂ, ਲੇਕਿਨ ਪਹਿਲੇ ਸਾਹਮਣੇ ਨਹੀਂ ਸਾਂ ਆਉਂਦੇ। ਤੇਰੇ ਵਰਗਿਆਂ ਦੀ ਵੈਸੇ ਬੈਕ 'ਤੇ ਹੋ ਕੇ ਕੈਮਰੇ 'ਤੇ ਮੰਜੀ ਠੋਕੀ ਦੀ ਸੀ, ਅੱਜ ਕੱਲ੍ਹ ਸਾਹਮਣੇ ਠੋਕੀ ਦੀ। ਇਹ ਵੀ ਸੁਣ ਲੈ ਸੋਹਣਿਆ, ਇਹ ਜਿਹੜਾ ਕੰਮ ਤੂੰ ਕਰਵਾ ਰਿਹਾ ਨਾ ਕਮੈਂਟਾਂ ਵਾਲਾ, ਬਾਰ ਬਾਰ ਕਹਿ ਰਿਹਾ ਤੇ ਕਮੈਂਟ ਮੇਰੇ ਆ ਰਹੇ ਨੇ ਉਸ ਤਰ੍ਹਾਂ ਦੇ ਕਮੈਂਟ, ਸਾਇਰਿੰਦ ਗ੍ਰੇਟ ਆਦਮੀ, ਤੂੰ ਬੁਰਾ, ਉਹ ਚੰਗਾ, ਉਹ ਤੇਰੀਆਂ ਤਰੀਫਾਂ ਜਿਹੜੀਆਂ ਮੇਰੀ ਵੀਡੀਓ ਦੇ ਕਮੈਂਟਾਂ 'ਚ ਹੋਣ ਡਈਆਂ ਨੇ, ਜਿਹੜਾ ਤੂੰ ਮੈਨੂੰ ਕਹਿ ਰਹੇ ਆ ਬਾਰ ਬਾਰ, ਇਹਦਾ ਚੱਕਰ ਤੇਰੇ ਤੋਂ ਪਹਿਲੇ ਸੋਹਣਿਆ। ਜਦੋਂ ਅਸੀਂ ਕਿਸੇ ਦੀ ਕੀ ਕਹਿੰਦੇ ਪੂਛਲ ਤੇ ਪੈਰ ਆਉਂਦਾ ਨਾ, ਫਿਰ ਉਹਦੀਆਂ ਚੀਕਾਂ ਅਸਮਾਨ ਤੱਕ ਜਾਂਦੀਆਂ ਨੇ, ਤੇ ਤੇਰੀ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਤੇਰੇ ਚਿਹਰੇ ਦੇ ਐਕਸਪ੍ਰੈਸ਼ਨ ਜਿਹੜੇ ਨਾ, ਫੇਸ ਐਕਸਪ੍ਰੈਸ਼ਨ, ਸਾਡਾ ਕੰਮ ਹੀ ਸਾਰਾ ਦਿਨ ਇਹੋ ਹੀ ਹੈ। ਅਸੀਂ ਅਲਹਮਦੁਲਿਲਾ ਐਕਟਰ ਲੋਕ ਹਾਂ, ਸਾਨੂੰ ਪਤਾ ਹੈ ਫੇਸ ਐਕਸਪ੍ਰੈਸ਼ਨ ਕਿਹਨੂੰ ਕਹਿੰਦੇ ਨੇ। ਤੇਰੇ ਚਿਹਰੇ ਤੋਂ ਮੇਰੀ ਵੀਡੀਓ ਬਣਾਉਂਦਿਆਂ ਸਾਰਾ ਕੁਝ ਪਤਾ ਲੱਗ ਰਿਹਾ ਸੀ ਕਿ ਤੇਰੀਆਂ ਚੀਕਾਂ ਸਮਾਨ ਪਾੜ ਕੇ ਤਾਂ ਪੀਆਂ ਜਾਂਦੀਆਂ, ਕਿਉਂਕਿ ਤੇਰੇ ਰਾਜ਼ ਅਸੀਂ ਸਾਹਮਣੇ ਸਾਰਿਆਂ ਦੇ ਸਾਹਮਣੇ ਰੱਖੇ ਨੇ ਕਿ ਤੇਰੀਆਂ 2 ਨੰਬਰੀਆਂ ਲੋਕਾਂ ਨਾਲ ਤੇਰੇ ਫਰਾਡ ਕੀ ਨੇ। ਉਹਨਾਂ ਕਮੈਂਟਾਂ ਦੇ ਵਿੱਚ ਜਾ ਕੇ ਵੇ ਉਹਨਾਂ ਲੋਕਾਂ ਦੇ ਕਮੈਂਟ ਕਿ ਜਿਹੜੇ ਜੈਨੂਇਨ ਲੋਕ ਨੇ। ਤੇਰੇ ਹਜ਼ਾਰਾਂ ਕਮੈਂਟਾਂ ਦੇ ਵਿੱਚ ਨਾ ਇਸ ਤਰ੍ਹਾਂ ਦੇ 1-2 ਕਮੈਂਟ ਜਿਹੜਾ ਨਾ, ਤੇਰੇ ਜਿਹੜੀ ਉਹ ਪੋਲ ਪੇ ਖੋਲ ਦੇਣਗੇ, ਤੂੰ ਪੈਸੇ ਲੈਣਾ, ਸਾਰਾ ਕੁਝ ਕਰਨਾ, ਤੈਨੂੰ ਥੰਬਨੇਲ ਬਣਾਉਣਾ ਨਹੀਂ ਆਉਂਦਾ, ਉਹ ਹੀ ਭਾਰੀ ਹੈ। ਤੇਰੇ ਤੋਂ ਪਹਿਲੇ ਨਾ ਇੱਕ ਲੈਲਪੁਰੀ ਇੱਕ ਜਾਨੀ ਹੋਇਆ ਭੰਡ ਕਿਸੇ ਦੌਰ ਵਿੱਚ ਨਾ, ਪਿਛਲੀ ਸਰਦੀਆਂ 'ਚ ਤੇਰੇ ਵਾਂਗੂ ਵਾਹੀਆਤੀ ਉਹਨੇ ਵੀ ਕੀਤੀ, ਉਹਦੀ ਖੈਰ ਵੱਡੀ ਵਾਹੀਆਤੀ ਸੀ, ਅਸੀਂ ਉਹਦੀ ਵੀ ਪੂਛਲ ਦੇ ਪੈਰ ਰੱਖਿਆ ਸੀ, ਉਹਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਸੀ ਸਾਡੇ ਤੇ ਵੀਡੀਓ ਕਰਕੇ, ਫਿਰ ਯੂਟਿਊਬ ਨੂੰ ਪੈਸੇ ਦੇ ਦੇ ਕੇ ਉਹ ਸਟਰਾਈਕਾਂ ਤੇ ਆਪਣੇ ਸ਼ਗਿਰਦਾਂ ਕੋਲੋਂ ਕਮੈਂਟ ਤੇ ਉਹ ਯੇ ਉਹ ਸਾਰਾ ਕੁਝ। ਪੁੱਤਰ ਇਹ ਸਾਰਾ ਧੰਦਾ ਤੂੰ ਕਰਨ ਡਿਆ ਤੇ ਕਰੀ ਜਾ, ਸਾਨੂੰ ਨੀ ਪਰਵਾਹ, ਸਾਨੂੰ ਪਤਾ ਕਮੈਂਟ ਕਿੰਨਾ ਦੇ ਆਉਣ ਡਏ ਨੇ। ਸਮਝ ਆਈ ਕਿ ਨਹੀਂ ਸਮਝ ਆਈ? ਅਸੀਂ ਸਿਰਫ ਸਵਾਦ ਲੈ ਰਹੇ ਹਾਂ ਕਿ ਤੇਰੀਆਂ ਚੀਕਾਂ ਕਿੰਨੀਆਂ ਹਾਈ ਸਪੀਡ ਨਾਲ ਉੱਤੇ ਜਾ ਰਹੀਆਂ ਨੇ। ਬਾਕੀ ਜਿਹੜੀ ਗੱਲ ਤੂੰ ਕਹੀ ਕਿ ਮੇਰੀ ਬੀਵੀ ਵੱਲੋਂ ਤੂੰ ਗੱਲ ਨਾ ਕਰ, ਤੈਨੂੰ ਕੀ ਪਤਾ ਹੈ ਬਿਮਾਰੀ, ਮੈਂ ਤੈਨੂੰ ਪਹਿਲੀ ਵੀਡੀਓ ਵਿੱਚ ਵੀ ਆਖਿਆ ਸੀ ਕੱਲ੍ਹ ਵਾਲੀ ਵਿੱਚ ਵੀ ਕਿ ਮੈਨੂੰ, ਮੈਂ ਦੁਆ ਗੋਵਾਂ ਕਿ ਅੱਲਾ ਉਹਨੂੰ ਤੰਦਰੁਸਤੀ ਸਿਹਤ ਦੇ, ਅੱਲਾ ਤੁਹਾਡੇ ਘਰ 'ਚ ਖੁਸ਼ੀਆਂ ਦੁਬਾਰਾ ਖੇਡਣ। ਸਿਰਫ ਮੈਂ ਤੈਨੂੰ ਸਮਝਾਇਆ ਸੀ ਕਿ ਇਹ ਜਿਹੜੀ ਹੈ ਨਾ ਸਿਸਟਮ ਇਸ ਤਰ੍ਹਾਂ ਦਾ, ਘਰ ਵਾਲੀਆਂ ਚੀਜ਼ਾਂ ਵਿਖਾਣੀਆਂ, ਉਹ ਲੋਕਾਂ ਦੀਆਂ ਹਮਦਰਦੀਆਂ ਕੈਸ਼ ਕਰਵਾਉਣੀਆਂ, ਬਿਮਾਰੀਆਂ ਕੈਸ਼ ਕਰਵਾਉਣੀਆਂ, ਇਹਨਾਂ ਚੀਜ਼ਾਂ ਨੂੰ ਛੱਡ ਦੇ, ਇਹਨਾਂ 'ਚ ਕੱਖ ਨਹੀਂ ਪਿਆ। ਰੱਬ ਦੀ ਸੌ ਸਾਏ ਸਾਹਿਬ, ਇਹ ਰੋਣ ਧੋਣ ਵਾਲਾ ਮੂੰਹ ਬਣਾ ਕੇ ਬੰਦਾ ਬੇਇੱਜ਼ਤ ਹੁੰਦਾ ਲੋਕਾਂ ਦੇ ਵਿੱਚ, ਇੱਜ਼ਤ ਨਹੀਂ ਵੱਧਦੀ, ਅੱਲਾਹ ਦੀ ਇੱਜ਼ਤ ਦੀ ਕਸਮ ਮੈਂ ਤੈਨੂੰ ਆਖਣ ਡਿਆ। ਫਿਰ ਮੈਂ ਕਹਿੰਦਾ ਵਾਂ ਕਿ ਆਪਣਾ ਕਮੀਜ਼ ਚੁੱਕੋਗੇ ਨਾ ਤੇ ਢਿੱਡ ਤੁਹਾਡਾ ਨਜ਼ਰ ਆਉਣਾ,
ਵਕਤੀ ਤੌਰ ਤੇ ਤੁਹਾਨੂੰ ਲੋਕੀ ਹਮਦਰਦੀ ਜਿਤਾਉਣਗੇ, ਤੁਹਾਡੀ ਵੀਡੀਓ ਵੇਖ ਲੈਣਗੇ, ਲੇਕਿਨ ਬਾਅਦ ਤੁਸੀਂ ਕੋਈ ਭਾਈਆਂ ਵਾਲੀ ਗੱਲ ਨਹੀਂ ਕਰ ਸਕਦੇ, ਕਿਤੇ ਪੰਚਾਇਤ ਚ ਖਲੋ ਕੇ ਗੱਲ ਨਹੀਂ ਕਰਨ ਜੋਗੇ, ਕਿਉਂਕਿ ਤੁਸੀਂ ਲੋਕਾਂ ਦੇ ਕਾਣੇ ਹੋ ਚੁੱਕੇ ਹੁੰਦੇ ਆ ਕਿ ਤੇਰੀ ਔਕਾਤ ਤੇਰੀ ਹਸੀਅਤ ਇਹੀ ਕਿ ਲੋਕਾਂ ਸਾਹਮਣੇ ਰੋਣਾ। ਔਰ ਰੋਵੋ, ਮੈਂ ਅੱਗੇ ਵੀ ਆਖਿਆ ਸੀ, ਰੋਵੋ ਤੇ ਰੱਬ ਸੋਹਣੇ ਦੇ ਸਾਹਮਣੇ ਰੋਵੋ ਜਿਹਨੇ ਸਾਰਾ ਕੁਝ ਅਦਾ ਕਰਨਾ। ਸਿਰਫ ਇਹੋ ਹੀ ਤਿੰਨ ਪੁਆਇੰਟ ਸਮਝਾਇਆ ਸੀ ਕਿ ਇਹ ਬੀਵੀ ਵਾਲੀਆਂ ਗੁਰਬਤਾਂ ਕੈਸ਼ ਨਾ ਕਰਵਾ, ਬੰਦਾ ਜ਼ਲੀਲ ਹੁੰਦਾ ਇਹਦੇ ਵਿੱਚ। ਲੇਕਿਨ ਤੂੰ ਉਲਟਾ ਪੈ ਗਿਆ, ਤੂੰ ਆਖਿਆ ਨਹੀਂ ਮੈਂ ਜੜ ਤੇ ਚੜ੍ਹਾਈ ਕਰਨਾ। ਚੜ੍ਹਾਈਆਂ ਚੜ੍ਹਾਈਆਂ ਅਲਹਮਦੁਲਿਲਾ ਨਹੀਂ ਹੁੰਦੀਆਂ ਸਾਡੇ ਤੇ, ਸਮਝ ਆਈ? ਤੂੰ ਕਿਹਾ ਪਤਾ ਨਹੀਂ ਜੱਟ ਵੀ ਹੈ ਕਿ ਨਹੀਂ ਹੈ, ਆ ਕੇ ਵੇ ਅਲਹਮਦੁਲਿਲਾ ਜਿੱਥੇ ਆ ਬੈਠੇ ਆ ਨਾ ਜ਼ਮੀਨ ਭਾਂਡਾ, ਅੱਲਾ ਸੋਹਣੇ ਦਾ ਕਰੋੜਾ ਸ਼ੁਕਰ ਹੈ ਕਿ ਆਪਣਾ ਹੀ ਅਲਹਮਦੁਲਿਲਾ। ਸਮਝ ਆਈ ਕਿ ਨਹੀਂ ਆਈ? ਤੇ ਆ ਲੋਕਾਂ ਨੂੰ ਚੂਨਾ ਲਾ ਕੇ ਕੰਟੈਂਟ ਨਹੀਂ ਕਦੀ ਬਣਾਇਆ ਕਿ ਸਾਡੇ ਨਾਲ ਰਾਬਤਾ ਕਰੋ। ਅਜਿਵੇਂ ਤੂੰ ਕੱਲ ਇੱਕ ਆਖਿਆ ਮੈਂ ਹੁਣ ਜੇ ਇੱਕ ਉਹ ਕੀ ਆਂਦੇ ਹੁੰਦੇ ਕੋਰਸ ਇੱਕ ਲੈ ਕੇ ਆ ਰਿਹਾ, ਹੁਣ ਤੇਰੇ ਕੋਲ ਲੋਕੀ ਸਿੱਖਿਆ ਕਰਨਗੇ ਕੋਰਸ? ਉਹ ਪਹਿਲੇ ਭਾਈ ਆਪ ਸੋਹਣੇ ਆ ਸਿੱਖ। ਸਮਝ ਆਈ ਕਿ ਨਹੀਂ ਆਈ? ਬਾਕੀ ਤੂੰ ਕਿਹਾ ਵੀਡੀਓ ਨਾ ਬਣਾਈ, ਵੀਡੀਓ ਆ ਗਈ ਆ ਫਿਰ ਡਰਨ ਡੁਰਨ ਵਾਲਾ, ਅਲਹਮਦੁਲਿਲਾ ਕੋਈ ਚੱਕਰ ਨਹੀਂ ਸੋਹਣੇ ਆ, ਬਣਾ ਤੂੰ ਵੀ ਤੇਰੇ ਕੋਲ ਵੀ ਬਣਦੀ ਹੈ।